मेरा नाम जननी है ते आज मैं इस कागज़ तो एक बलून बनावांगी। डायगनल दे दौरान इस चौरस पेज नू अद्धा कर लवो। हुण इस नू खोलो अते इसे तरीके नाल दूजे पासे भी इस नू अद्धा कर लवो। ਇਸ ਨੂੰ ਉਲਟਾ ਕਰੋ ਅਤੇ ਜਿਵੇਂ ਦਿਖਾਇਆ ਜਾ ਰਿਹਾ ਹੈ ਉਵੇਂ ਇਸ ਨੂੰ ਅੱਧਾ ਕਰ ਲਵੋ। ਇਸ ਨੂੰ ਖੋਲੋ ਅਤੇ ਫਿਰ ਤੋਂ ਇਸ ਨੂੰ ਦੂਜੇ ਪਾਸੇ ਨਾਲ ਅੱਧਾ ਫੋਲਡ ਕਰ ਲਵੋ। ਹੁਣ ਇਸ ਨੂੰ ਉਲਟਾ ਕਰੋ ਅਤੇ ਇਹਨਾਂ ਦੋਨਾਂ ਕੋਨਿਆਂ ਨੂੰ ਅੰਦਰ ਵੱਲ ਦੱਬੋ। ਹੁਣ ਇਸ ਕੋਨੇ ਨੂੰ ਉੱਪਰ ਤੱਕ ਲੈ ਕੇ ਜਾਓ। ਇਸੇ ਤਰ੍ਹਾਂ ਦੂਜੇ ਕੋਨੇ ਨੂੰ ਵੀ ਉੱਪਰ ਤੱਕ ਲੈ ਕੇ ਜਾਓ। ਇਸ ਨੂੰ ਉਲਟਾ ਕਰੋ ਅਤੇ ਬਾਕੀ ਦੋਨੋਂ ਕੋਨਿਆਂ ਨੂੰ ਵੀ ਉੱਪਰ ਤੱਕ ਲੈ ਕੇ ਜਾਓ। ਹੁਣ ਇਸ ਕੋਨੇ ਨੂੰ ਅੱਧ ਤੱਕ ਲੈ ਕੇ ਜਾਓ। ਇਸੇ ਤਰੀਕੇ ਨਾਲ ਦੂਜੇ ਕੋਨੇ ਨੂੰ ਵੀ ਅੱਧ ਤੱਕ ਲੈ ਕੇ ਜਾਓ। ਇਸ ਨੂੰ ਉਲਟਾ ਕਰੋ ਅਤੇ ਬਾਕੀ ਦੋਨੋਂ ਕੋਨਿਆਂ ਨੂੰ ਵੀ ਅੱਧ ਤੱਕ ਲੈ ਕੇ ਜਾਓ। ਹੁਣ ਤੁਸੀਂ ਦੇਖੋਗੇ ਕਿ ਇੱਥੇ ਇੱਕ ਖਾਲੀ ਜਗ੍ਹਾ ਬਣ ਜਾਵੇਗੀ। ਇਸ ਵਿੱਚ ਉਂਗਲ ਪਾਓ ਅਤੇ ਇਸ ਕੋਨੇ ਨੂੰ ਉਸ ਖਾਲੀ ਜਗ੍ਹਾ ਦੇ ਵਿੱਚ ਪਾਓ। ਐਵੇਂ ਹੀ ਦੂਜੇ ਕੋਨੇ ਨਾਲ ਕਰੋ। ਹੁਣ ਇਸ ਨੂੰ ਉਲਟਾ ਕਰੋ ਅਤੇ ਇਹੀ ਚੀਜ਼ ਬਾਕੀ ਦੋ ਕੋਨਿਆਂ ਨਾਲ ਵੀ ਕਰੋ। ਹੁਣ ਇਸ ਕੋਨੇ ਨੂੰ ਇਸ ਤਰ੍ਹਾਂ ਪਕੜੋ ਅਤੇ ਇਸ ਦੇ ਵਿੱਚ ਹਵਾ ਭਰੋ। ਤੁਹਾਡਾ ਗੁਬਾਰਾ ਤਿਆਰ ਹੈ। ਤੁਸੀਂ ਇਸ ਤੋਂ ਗੁਬਾਰਾ ਬਣਾ ਸਕਦੇ ਹੋ ਜਾਂ ਫਿਰ ਇਹਨੂੰ ਇਸ ਤਰੀਕੇ ਨਾਲ ਇੱਕ ਕਿਊਬ ਵੀ ਬਣਾ ਸਕਦੇ ਹੋ।